ਜਿਹੜੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਤੋਂ ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਇੱਕ ਵੋਟ ਜਿਹੜੀ ਉਹ ਬੀਜੇਪੀ ਨੂੰ ਦੇਣਾ ਕਿਉਂਕਿ ਜਦੋਂ ਵੀ ਮੈਨੂੰ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਇੱਕ ਵੋਟ ਜਿਹੜੀ ਉਹ ਬੀਜੇਪੀ ਨੂੰ ਦੇਣਾ ਕਿਉਂਕਿ ਜਦੋਂ ਵੀ ਮੈਨੂੰ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਇੱਕ ਵੋਟ ਜਿਹੜੀ ਉਹ ਬੀਜੇਪੀ ਨੂੰ ਦੇਣਾ ਕਿਉਂਕਿ ਜਦੋਂ ਵੀ ਮੈਨੂੰ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਇੱਕ ਵੋਟ ਜਿਹੜੀ ਉਹ ਬੀਜੇਪੀ ਨੂੰ ਦੇਣਾ ਕਿਉਂਕਿ ਜਦੋਂ ਵੀ ਮੈਨੂੰ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ। ਇੱਕ ਇੱਕ ਵੋਟ ਜਿਹੜੀ ਉਹ ਬੀਜੇਪੀ ਨੂੰ ਦੇਣਾ ਕਿਉਂਕਿ ਜਦੋਂ ਵੀ ਮੈਨੂੰ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਐਮ ਪੀ ਉਹਨਾਂ ਨੂੰ ਬੁਲਾਉਣ। ਆਪਾਂ ਪਹਿਲੇ ਵੀ ਦੇਖ ਚੁੱਕੇ ਹਾਂ ਕਿ ਜਦੋਂ ਕਾਂਗਰਸ ਦੇ ਐਮ ਪੀ ਨੇ ਤੇ ਉਹ ਜਲੰਧਰ ਸ਼ਹਿਰ ਦਾ 300 ਵਿਕਾਸ ਹੋਇਆ। ਸੋ ਆਪਣੀ ਇੱਕ ਇੱਕ ਜਿਹੜੀ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ। ਔਰ ਮੈਨੂੰ ਆਪਣੀਆਂ ਭੈਣਾਂ ਤੇ ਹਮੇਸ਼ਾ ਮਾਣ ਰਿਹਾ ਕਿਉਂਕਿ ਜਦੋਂ ਜਦੋਂ ਵੀ ਤੁਸੀਂ ਮੇਰੇ ਨਾਲ ਕਦਮ ਮਿਲਾ ਕੇ ਚੱਲੇ ਹੋ ਤੁਸੀਂ ਮੇਰਾ ਸਾਥ ਦਿੱਤਾ।